लॉकडाउन दे चलदिआं सिहत मंत्री वल्लों बयान दित्ता गया सी कि ओह घर बैठे हुए अध्यापकां नूं तनखाह नहीं देणगे। इस तों बाद अध्यापकां दा गुस्सा सातवें आसमान ते है अते अध्यापकां द्वारा इकट्ठे हो के प्रदर्शन कीते जा रहे ने। ਪੰਜਾਬ ਦੀ ਸਿਹਤ ਦਾ ਜਿਨ੍ਹਾਂ ਨੇ ਜਿੰਮਾ ਚੁੱਕਿਆ ਹੋਇਆ ਔਰ ਖੁਦ ਹੀ ਬਿਮਾਰ ਮਾਨਸਿਕਤਾ ਦੇ ਸ਼ਿਕਾਰ ਹੈ। ਮੰਦਭਾਗਾ ਬਿਆਨ ਦਿੱਤਾ ਗਿਆ ਅਧਿਆਪਕ ਵਰਗ ਨੂੰ ਲੈ ਕੇ ਕਿ ਅਸੀਂ ਅਧਿਆਪਕਾਂ ਨੂੰ ਘਰੇ ਬੈਠਿਆਂ ਨੂੰ ਤਨਖਾਹ ਨਹੀਂ ਦੇ ਸਕਦੇ। ਜੇਕਰ ਇਹਨਾਂ ਨੂੰ ਐਜੂਕੇਸ਼ਨ ਡਿਪਾਰਟਮੈਂਟ ਬਾਰੇ ਥੋੜ੍ਹਾ ਬਹੁਤਾ ਵੀ ਪਤਾ ਹੋਵੇ ਤਾਂ ਇਹ ਫੀਲਡ ਦੇ ਵਿੱਚੋਂ ਪਤਾ ਕਰਨ ਕਿ ਅਧਿਆਪਕ ਕਿਸ ਤਰੀਕੇ ਦੇ ਨਾਲ ਹਰੇਕ ਵਿਸ਼ੇ ਦੀਆਂ ਕਲਾਸਾਂ ਔਨਲਾਈਨ ਲਾ ਰਹੇ ਹਨ। ਹਾਲਾਂਕਿ ਸਾਨੂੰ ਸਾਰੇ ਅਧਿਆਪਕਾਂ ਨੂੰ ਬੱਚਿਆਂ ਨੂੰ ਔਨਲਾਈਨ ਪੜ੍ਹਾਉਣ ਦੇ ਨਾਲੋਂ ਸਕੂਲਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਸਮਝਾਉਣਾ ਉਹਨਾਂ ਨੂੰ ਪੜ੍ਹਾਉਣਾ ਸੌਖਾ ਵਾ। ਕੋਈ ਵੀ ਅਧਿਆਪਕ ਇਸ ਟਾਈਮ ਵਿਹਲਾ ਨਹੀਂ ਬੈਠਾ, ਹਰੇਕ ਕਿਸੇ ਨਾ ਕਿਸੇ ਕੰਮ ਦੇ ਵਿੱਚ ਲੱਗਾ ਹੋਇਆ। ਕੋਈ ਵੀ ਬਿਆਨ ਦੇਣ ਤੋਂ ਪਹਿਲਾਂ ਮੰਤਰੀ ਸਾਹਿਬਾਨ ਨੂੰ ਇੰਨਾ ਚਾਹੀਦਾ ਕਿ ਉਸ ਡਿਪਾਰਟਮੈਂਟ ਨੂੰ ਚੰਗੀ ਤਰ੍ਹਾਂ ਭੋਖ ਲਿਆ ਜਾਵੇ।